ਅਕਾਲੀ ਦਲ ਨੇ ਕਹਿ ਦਿੱਤਾ ਕਿ ਉਹ ਖਾਲਿਸਤਾਨ ਨਹੀਂ ਮੰਗਦੇ ਤੇ ਨਹੀਂ ਚਾਹੁੰਦੇ, ਕੀ ਤੁਸੀਂ ਖਾਲਿਸਤਾਨ ਦੀ ਮੰਗ ਨੂੰ ਠੀਕ ਸਮਝਦੇ ਹੋ? ਮੈਂ ਨਾ ਤਾਂ ਖਾਲਿਸਤਾਨ ਦੀ ਹਮਾਇਤ ਕਰਦਾ ਨਾ ਵਿਰੋਧ ਕਰਦਾ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ ਰਹਿਣਾ, ਦੋ ਨੰਬਰ ਦੇ ਬਣ ਕੇ ਨਹੀਂ ਰਹਿਣਾ। ਇਹ ਹੁਣ ਸੈਂਟਰ ਸਾਨੂੰ ਦੱਸੇ ਇਹ ਨਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਕੰਮ ਸੈਂਟਰ ਦਾ ਹੈ। ਮੈਂ ਕੋਈ ਚੌਂਕੀਦਾਰ ਨਹੀਂ ਤੇ ਉਹਨਾਂ ਦਾ ਕੰਮ ਮੈਂ ਕਰਾਂ। ਅਸੀਂ ਨਾਲ ਰਹਿਣਾ ਚਾਹੁੰਦੇ ਹਾਂ ਤੇ ਜੇ ਸਾਨੂੰ ਖਾਲਸਾ ਉਹਨੇ ਦੇ ਦਿੱਤਾ ਤੇ ਖੇੜੇ ਮੱਥੇ ਪ੍ਰਵਾਨ ਕਰਾਂਗੇ। ਜਿਹੜੇ ਬੇੜੀਆਂ ਦੇ ਬੱਚੇ ਬਲਦੇਵ ਸਿੰਘ ਨੇ ਪਾਏ ਹੋਏ ਕੀ ਪੈਣ ਦੇਣ। ਦੱਸੋ ਪੜ੍ਹ ਕੇ ਕੀ ਲਿਖੇ ਨਾ ਮੈਂ ਵਿਰੋਧ। ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ। ਇਹਦੇ ਬਾਰੇ ਅੱਖਰ ਮੇਰੇ ਉਹਨੇ ਲਿਖਦੇ ਪਰ ਕਾਗਜ਼ ਹੋਰ ਹਮਾਇਤ ਕਰਦਾ ਹਾਂ ਤੇ ਨਾ ਵਿਰੋਧ। ਨਾ ਮੈਂ ਹਮਾਇਤ ਫੇਰ ਲਿਖਣੀ, ਨਾ ਮੈਂ ਹਮਾਇਤ ਕਰਦਾ ਹਾਂ ਨਾ ਵਿਰੋਧ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਹਿੰਦੁਸਤਾਨ ਵਿੱਚ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ ਚਾਹੁੰਦਾ ਹਾਂ, ਨਹੀਂ ਤਾਂ ਚਾਹੁੰਦੇ ਹਾਂ ਚਾਹੁੰਦੇ ਬਹੁਤ ਵਚਨ ਸਾਰੇ ਸਿੱਖਾਂ ਦੀ ਗੱਲ ਹੈ। ਹਾਂਜੀ ਬਰਾਬਰ ਦੇ ਸ਼ਹਿਰੀ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨੇ। ਇਹ ਸਾਨੂੰ ਸੈਂਟਰ ਗੌਰਮੈਂਟ ਦੱਸੇ ਸਾਨੂੰ ਸਿੱਖਾਂ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ। ਅਕਾਲੀ ਦਲ ਨੇ ਕੁਰਬਾਨੀ ਲਈ ਮਰਜੀਵੜਿਆਂ ਦੀ ਸੂਚੀ ਤਿਆਰ ਕੀਤੀ ਹੈ, ਪਰ ਤੁਹਾਡੇ ਪਾਸ ਵੱਖਰਾ ਭਰਤੀ ਦਾ ਰਜਿਸਟਰ ਹੈ, ਤੁਹਾਡੀ ਤੇ ਅਕਾਲੀ ਦਲ ਦੀ ਭਰਤੀ ਦਾ ਫਰਕ ਕੀ ਹੈ? ਇਹ ਅਕਾਲੀ ਦਲ ਨੂੰ ਪੁੱਛੋ, ਜਿਹੜਾ ਮੇਰਾ ਤਰੀਕਾ ਮੈਂ ਤਰੀਕਾ ਆਪਣਾ ਦੱਸ ਦਿੰਦਾ, ਅਕਾਲੀ ਦਲ ਦਾ ਅਕਾਲੀ ਦਲ ਨੂੰ ਪੁੱਛਣਾ, ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦੀ। ਅਸੀਂ ਇਹ ਕਹਿ ਕੇ ਭਰਤੀ ਕਰਾਉਂਦੇ ਹਾਂ, ਪਹਿਲਾਂ ਤਾਂ ਪੁੱਛੀਦਾ ਹੈ ਵੀ ਤੂੰ ਕਰੇ ਫਤਿਹ ਬੁਲਾਇਆ ਪੱਪੂ ਅਤੇ ਮੰਮੀ ਨੂੰ ਫੀਰ ਦੀ ਕਿ ਨਹੀਂ, ਜੇ ਤੂੰ ਕਹਿ ਰਹੇ ਬੁਲਾਇਆ ਤਾਂ ਫਿਰ ਉਹਨਾਂ ਫਿਰ ਤੂੰ ਨਾਂ ਲਿਖਵਾ ਦੇ। ਅਤੇ ਜਿਹਨੇ ਪੱਪੂ ਅਤੇ ਮੰਮੀ ਨੂੰ ਜਾ ਕੇ ਫਤਿਹ ਬੁਲਾਉਣੀ ਹੁੰਦੀ ਉਹਨੂੰ ਆਖਿਓ ਤੁਸੀਂ ਮੈਨੂੰ ਅੜਕ ਕੇ ਆ ਦੀ। ਹਾਂਜੀ ਫਿਰ ਨਾਲ ਇਹ ਕਹੀਦਾ ਵੀ ਜਿਹਨੇ ਐੱਮ ਐੱਲ ਏ ਦੀ ਟਿਕਟ ਲੈਣੀ ਹੈ ਉਹ ਥੱਲੇ ਲਿਖਵਾ ਦੇ, ਮੇਰੇ ਕੋਲ ਟਿਕਟ ਵਾਲਾ ਵੀ ਥਾਂ ਹੀ ਨਹੀਂ ਕੋਈ। ਜਿਹੜੇ ਮੁੰਡਾ ਕੁੜੀ ਚੇਅਰਮੈਨ ਲਾਉਣਾ ਜਾਂ ਕਿਸੇ ਬੀਏ ਬੀਏਡ ਵਿੱਚ ਕੋਈ ਦਾਖਲਾ ਦਵਾਉਣਾ ਮੇਰੇ ਕੋਲ ਕੋਈ ਹੈ ਨਹੀਂ ਹੈ, ਉਹ ਥੱਲੇ ਮੇਰੇ ਕੋਲ ਤੇ ਹੈ। ਇਹਨੇ ਭੈਣਾਂ ਦੀ ਲੁੱਟੀ ਹੈ ਅਤੇ ਸ਼ਹੀਦਾਂ ਦਾ ਪੀਤਾ ਖੂਨ ਅਤੇ ਗੁਰੂ ਦੀ ਕੀਤੀ ਬੈਲੀ, ਉਹਨੇ ਤੋਂ ਹੱਕ ਲੈਣਾ ਹੈ ਅਤੇ ਸੀਸ ਤਾਰੀਖ 'ਤੇ ਰੱਖ ਕੇ ਸੜਕ 'ਤੇ ਤੁਰਨਾ, ਉਹ ਮੇਰੇ ਕੋਲ ਲਿਖਵਾ ਦਿਓ। ਸਾਡੇ ਕੋਲ ਲਾਲ ਟਹਿਣੀ ਬਹੱਤਰ ਬਹੱਤਰ ਹੂਰਾਂ ਅਤੇ ਅੰਗੂਰਾਂ ਦੀ ਸ਼ਰਾਬ ਮਿਲੂਗੀ, ਇਹ ਹੈ ਨਹੀਂ ਜੇ ਬਹੱਤਰ ਬਹੱਤਰ ਹੂਰੇ ਮਿਲ ਲੱਗੇ ਫਿਰ ਕੀ ਬਣੇ। ਇਹ ਕਹਿ ਕੇ ਲਿਖਵਾਈਦਾ, ਜਿਹਦਾ ਚਿੱਤ ਕਰਦਾ ਲਿਖਵਾ ਦਿੰਦਾ, ਜਿਹਦਾ ਨਹੀਂ ਚਿੱਤ ਮੰਨਦਾ ਵੀ ਮੇਰੇ ਕੋਲ ਕਾਗਜ਼ ਨਹੀਂ ਜਮ੍ਹਾਂ ਕਰ ਨਹੀਂ ਸਕਦਾ ਉਹ ਨਹੀਂ ਵੀ ਲਿਖਾਉਂਦਾ। ਬਾਕੀ 16 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਬਹੁਤਿਆਂ ਦਾ ਨਾਂ ਮੈਂ ਲਿਖਿਆ, ਐਲਾਨ ਮੈਂ ਕੀਤਾ ਨੀਗਾ, ਨਾ ਯਾਰ ਮੇਰੇ ਵੱਲੋਂ ਕਰਿਓ ਅਖਬਾਰ 'ਚ ਨਾ ਦੇ ਦਿੰਦਾ, ਐਲਾਨ ਮੈਂ ਨਹੀਂ ਕੀਤਾ, ਪਰ ਫਿਰ ਵੀ ਮਾਰ ਦੀ ਕਿਰਪਾ ਨਾਲ 32,000 ਤੋਂ 7,35,000 ਹੋ ਗਏ। ਮੈਂ ਲਿਸਟ ਲਿਸਟ ਦੇਣੀ ਵੀ ਤਾਂ ਮੈਂ ਫਿਰ ਅਕਾਲੀ ਦਲ ਦੇ ਦਫ਼ਤਰ 'ਚ ਭੇਜ ਦਿੰਦਾ, ਕਿਉਂਕਿ ਦਫ਼ਤਰ ਵਾਲੀ ਲਿਸਟ ਸੰਤ ਜੀ ਕੋਲ ਮਗਰੋਂ ਆਉਂਦੀ ਹੈ, ਦਰਬਾਰ ਕੋਲ ਪਹਿਲਾਂ ਜਾਂਦੀ ਹੈ, ਇਸ ਵਾਸਤੇ ਮੈਂ ਵੱਖਰੀ ਲਿਖੀ ਹੈ। ਹਾਂ ਲਿਖੇ ਸੰਤਾਂ ਨੂੰ ਪੁੱਛ ਕੇ, ਲਿਖਣ ਦਾ ਕਾਰਨ ਇਹ ਬਣਿਆ ਕਿ ਜਿਵੇਂ ਹੁਣ ਪੰਡਾਲ ਭਰਿਆ, ਹੁਣ ਤਾਂ ਬਹੁਤ ਥੋੜ੍ਹੇ ਇੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਸਕਦਾ, ਸੂਚਨਾ ਤੱਕ ਵੀ ਲਿਖੇ ਮੈਂ ਤਾਂ ਸੰਗਤ ਵੀਰ ਗਈ ਸੀ, ਪੜ੍ਹ ਗਈ ਸੀ ਵੀ ਅਸੀਂ ਥੱਲੇ ਨਹੀਂ ਲਿਖਾਉਣਾ ਗਾ, ਲਿਖਾਉਣਾ ਤੇਰੇ ਕੋਲ ਲਿਖਾਉਣਾ, ਅਤੇ ਜੇ ਨਹੀਂ ਤਾਂ ਘਰ ਨੂੰ ਜਾਂਦੇ ਹਾਂ। ਫਿਰ ਮੈਂ ਕਦੇ ਬੈਠਾ ਮੈਂ ਸੰਤ ਕੋਲ ਜਾ ਕੇ ਦਫ਼ਤਰ ਪੁੱਛਦਾ ਵੀ ਸੰਗਤ ਤਾਂ
ਸੁਭਾਅ ਬਣਾਈ ਬੈਠੀ, ਦੱਸੋ ਕੀ ਕਰੀਏ। ਜੇ ਤੁਸੀਂ ਕਹੋ ਤਾਂ ਮੈਂ ਲਿਖਣਾ ਵਾ, ਜੇ ਕੱਲ੍ਹ ਨੂੰ ਕਹੋ ਆਪਦਾ ਅਕਾਲੀ ਦਲ ਵੱਖਰਾ ਬਣਾਉਂਦਾ ਫਿਰਦਾ, ਅਤੇ ਫਿਰ ਤੁਸੀਂ ਆਪਦਾ ਮੈਨੂੰ ਲਿਖਵਾ ਲਓ ਜੇ ਲਿਖਦੇ ਤੁਸੀਂ। ਸੰਤ ਕਹਿੰਦੇ ਲਿਖ ਲਾ, ਅਤੇ ਲਿਖ ਕੇ ਅਤੇ ਉਹਨਾਂ ਦੇ ਨਾਂ ਦਫ਼ਤਰ 'ਚ ਭੇਜ ਦੇ। ਮੈਂ ਕਿਹਾ ਜੀ ਮੇਰਾ ਜਵਾਬ ਹੈ। ਕਹਿੰਦੇ ਕਿਉਂ? ਮੈਂ ਤੁਹਾਡੇ ਕੋਲ ਰਿਪੋਰਟ ਪਿੱਛੋਂ ਆਉਣੀ ਹੈ ਉੱਥੋਂ ਵਾਲਿਆਂ ਦੀ, ਅਤੇ ਉੱਥੇ ਪਹਿਲਾਂ ਜਾਣੀ ਹੈ, ਅਤੇ ਜਿਹੜੇ ਮੇਰੇ ਰਜਿਸਟਰ ਦੁਆਰਾ ਤੁਹਾਡੇ ਕੋਲ ਆਏ ਤਾਂ ਦਿਨ ਚੜ੍ਹਦੇ ਨੂੰ ਸਾਰੇ ਜੇਲ੍ਹ 'ਚ ਹੋਣੇ ਆ। ਹਾਂ ਮੈਂ ਇੱਕ ਸ਼ਰਤ 'ਤੇ ਤੁਹਾਨੂੰ ਯਕੀਨ ਦਵਾਉਂਦਾ ਵੀ ਜਿੱਦੇ ਤੁਸੀਂ ਮਰਜ਼ੀ ਵੜੇ ਇਕੱਠੇ ਕਰੇ ਕਿਸੇ ਪਾਸੇ ਤੋਰਨੇ ਹੈ, 32,000 ਅਤੇ ਕੁਝ ਸੈਂਕੜੇ ਦੇ ਹਿਸਾਬ ਨਾਲ ਮੇਰੇ ਕੋਲ ਨਾਂ ਆਏ ਆ, ਹੈਂਜੀ, ਅਤੇ ਤੁਸੀਂ ਜਿਹੜਾ 1,15,000 ਲਿਖਿਆ ਉਹ ਇੱਕ ਪਾਸੇ ਤੁਸੀਂ ਕਲਿਆਰ 32,000 'ਚ ਲੈਣ ਲੱਗ ਕੇ ਮੈਂ ਕਲਿਆਰ ਦੂੰਗਾ। ਬੰਦੇ ਗਏ ਨੇ, ਬੰਦੇ ਮੈਂ ਦੇ ਦੂੰ ਪੂਰੇ ਲਿਸਟ ਮਿਲਦੇ ਨੇ, ਕਿਉਂਕਿ ਇੱਥੇ ਹੁੰਦਾ ਵੀ ਜੇ ਤਾਂ ਤੂੰ ਯੂਥ ਵਿੰਗ ਨਾਲ ਦੱਸ, ਜੇ ਉਹ ਕਹਿੰਦੇ ਮੈਂ ਯੂਥ ਵਿੰਗ ਨਾਲ ਅਤੇ ਪੁਲਿਸ ਨੂੰ ਟੈਲੀਫੋਨ ਜਾਂਦਾ ਛੱਡ ਦਿਓ, ਜੇ ਉਹ ਕਹਿੰਦੇ ਮੈਂ ਫੈਡਰੇਸ਼ਨ ਨਾਲ ਕਹਿੰਦੇ ਕਿਤਾਬਾਂ ਚਾੜੋ, ਕਿੱਥੇ ਟੈਲੀਫੋਨ ਜਾਂਦਾ, ਲਿਸਟ ਕਿਵੇਂ ਦੇ ਦੱਸ। 32,000 ਹੋ ਗਏ, ਗਾਹ ਬੰਦ ਕਰ ਕਰ ਨਾ ਤਾਂ ਅਖਬਾਰ 'ਚ ਕੱਢਿਆ, ਸੰਗਤ ਮੈਂ ਕੋਈ ਪਤਾ ਨਹੀਂ ਗਾ। ਨਹੀਂ ਨਹੀਂ ਮਤਲਬ ਕਿਹਾ ਨਹੀਂ ਅਸੀਂ, 10,000 ਤਾਂ ਫੌਜੀ ਆ, ਫੌਜੀ ਅਸੀਂ ਨਾ ਹੀ ਨਹੀਂ ਕਿਸੇ ਦਾ ਲਿਖਿਆ, ਠੀਕ ਆ, 10,000 ਫੌਜੀ ਆ ਪੱਕਾ, ਜਰਨੈਲ ਮੇਜਰ ਕਰਨਲ ਮਿਲਦੇ ਸਾਰੇ, ਉਹਨਾਂ ਦੇ ਉਹੀ ਗੁਪਤ ਰੱਖੇ ਆ, ਲਿਖੇ ਨਹੀਂ ਹੈ। ਮੈਂ ਕਿਹਾ ਲਿਖਿਆ ਕੀ ਪਤਾ ਕੋਈ ਵਿੱਚੋਂ ਬੀਮਾ ਨੇ ਚੁੱਕ ਕੇ ਦੇ ਦੇਵੇ ਲਿਸਟ, 10,000 ਅਤੇ 10,000 ਅਤੇ 10,000 ਕੋਲ 1,000 ਐਲਾਨ ਮੇਰਾ ਹੈ ਵੀ ਬੰਬ ਤੋਪ ਗ੍ਰਨੇਡ ਬਰੇਨ ਗਨ ਤਿੰਨ ਜੋ ਰੱਖੀ ਰੱਖੋ, ਬਹਿ ਦਿਓ ਭਾਈ ਸਭ ਪੁੱਛਣਾ। ਅਨੁਭਵ ਕਰਦੇ ਹੋ ਕਿ ਵਰਤਮਾਨ ਸਮੇਂ ਵਿੱਚ ਨਿਰਾਲਾ ਸਿੱਖ ਰੂਪ ਖਤਰੇ ਵਿੱਚ ਹੈ, ਕੀ ਬਹੁ ਗਿਣਤੀ ਦੇ ਫਿਰਕਾ ਪ੍ਰਸਤ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ, ਇਸ ਦੇ ਟਾਕਰੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਸੋਚਦੇ ਹੋ? ਅਨੁਭਵ ਕਰ ਲਿਆ ਹੈ ਜੋ ਤੁਸੀਂ ਪ੍ਰਸ਼ਨ ਕੀਤਾ, ਠੀਕ ਹੈ, ਜਿਹੜੀ ਬਹੁ ਗਿਣਤੀ ਉਹ ਘੱਟ ਗਿਣਤੀ ਨੂੰ ਆਪਣੇ ਜਜ਼ਬ ਕਰਕੇ ਖਤਮ ਕਰਨਾ ਚਾਹੁੰਦੀ, ਉਹ ਹੈ ਨੀ ਖਤਮ ਕਰਨਾ ਚਾਹੁੰਦੀ ਆ, ਇਹਦੇ ਟਾਕਰੇ ਵਾਸਤੇ ਵਿਸ਼ੇਸ਼ ਤੌਰ 'ਤੇ ਸਿੱਖ ਕੌਮ ਦੀ ਇਕੱਤਰਤਾ, ਸਮੁੱਚੇ ਤੌਰ 'ਤੇ ਮਾਨਵਤਾ ਦਾ ਪਿਆਰ, ਵਿਸ਼ੇਸ਼ ਤੌਰ 'ਤੇ ਸਿੱਖ ਜਗਤ ਦੀ ਇਕੱਤਰਤਾ, ਸਮੁੱਚੇ ਤੌਰ 'ਤੇ ਮਾਨਵਤਾ ਦਾ ਪਿਆਰ ਪ੍ਰਾਪਤ ਕਰਨਾ, ਇਕੱਤਰ ਅਤੇ ਖਤਰਾ ਹੈ ਵੀ ਦੁਨਿਆਵੀ ਪੱਖ ਤੋਂ, ਪਰ ਧਾਰਮਿਕ ਪੱਖ ਤੋਂ ਮੁੱਖ ਰੱਖ ਕੇ ਮੈਂ ਖਤਰਾ ਬਹੁਤਾ ਪ੍ਰਤੀਤ ਮਹਿਸੂਸ ਨਹੀਂ ਕਰਦਾ। ਰਾਜਨੀਤੀ ਪੱਖ ਤੋਂ ਹੈ, ਧਾਰਮਿਕ ਪੱਖ ਤੋਂ ਮੈਂ ਬਹੁਤਾ ਮਹਿਸੂਸ ਇਸ ਤਰ੍ਹਾਂ ਨਹੀਂ ਕਰਦਾ ਕਿ ਡਰ ਬੱਕਰੀਆਂ ਅਤੇ ਭੇਡਾਂ ਨੂੰ ਹੁੰਦਾ, ਸ਼ੇਰਾਂ ਨੂੰ ਨਹੀਂ। ਆਪਾਂ ਕਣਗੀ ਧਰਦੇ ਪੋਤਿਆਂ ਕਿਸੇ ਗੁੰਡੇ ਸਰੀਰ ਨੂੰ, ਸਿੱਖਾਂ ਬਾਰੇ ਤੁਹਾਡੀ ਕੀ ਰਾਏ ਹੈ? ਕੀ ਉਹ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਅਕਾਲੀ ਲੀਡਰਸ਼ਿਪ ਤੇ ਤੁਹਾਡੇ ਵਿਰੁੱਧ ਬਿਆਨ ਦੇ ਰਹੇ ਹਨ? ਉਹਨਾਂ ਦੀ ਸੋਚ ਵੱਖਰੀ ਹੈ ਜਾਂ ਉਹ ਨਿੱਜੀ ਸਵਾਰਥੀ ਨੇ? ਕਾਂਗਰਸ ਜਿਹੜੇ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਸੱਚਾਈ ਦੇ ਤੌਰ ਤੇ, ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ, ਤੇ ਜਿਹੜੇ ਸਿੱਖ ਇੰਦਰਾ ਦੀਆਂ ਚਪਲੀਆਂ ਝਾੜਨ ਦੇ ਸ਼ੌਕੀਨ ਹੈ ਉਹਨਾਂ ਨੂੰ ਮੈਂ ਸਿੱਖ ਨਹੀਂ ਸਮਝਦਾ, ਬਟਰੂਪੀ ਸਮਝਦਾ।
ਹਾਂ ਇੱਕ ਗੱਲ ਨਿਸ਼ਚੇ ਨਾਲ ਕਹਿ ਦਿੰਦਾ ਕਿ ਮੰਤਰੀ ਮੰਡਲ ਵਿੱਚ ਜੋ ਹੈ ਜਨਤਾ ਵਿੱਚ ਕਾਂਗਰਸੀ ਨੇ ਜਿਹੜੇ ਮੰਤਰੀ ਮੰਡਲ ਵਿੱਚ ਹੈ ਉਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਮੰਨਦਾ, ਸਿੱਖ ਉਹਨਾਂ ਨੂੰ ਇੰਦਰਾ ਦੇ ਮੰਨਦਾ ਜਿਹਦਾ ਤੂੰ ਉਹਨਾਂ ਬਹੁਤਾ ਬੋਲਿਆ ਘਰੇ ਹਟ ਜਾਣਗੇ। ਜਿਹਦਾ ਮੈਂ ਸਬੂਤ ਦੇਣਾ ਚਾਹੁੰਦਾ ਲਾਲਾ ਜਗਤ ਨਾਰਾਇਣ ਦੀ ਮੌਤ ਹੋਈ ਮੈਥੋਂ ਬਿਨਾਂ ਅਕਾਲੀ ਮੰਡਲ ਨੇ ਵੀ ਕਾਂਗਰਸੀ ਮੰਡਲ ਨੇ ਸਾਰੇ ਨੇ ਅਫਸੋਸ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਅੱਗ ਲੱਗ ਗਈ, ਲਾ ਦਿੱਤੀ ਗਈ ਰਾਜ ਵਾਲਿਆਂ ਵੱਲੋਂ। ਹਿੰਦੁਸਤਾਨ ਦਾ ਇੱਕ ਵੀ ਕਾਂਗਰਸੀ ਬਾਂਹ ਖੜੀ ਕਰਕੇ ਕਿਹਾ ਜੀ ਨੇ ਨਿਖੇਧੀ ਕੀਤੀ ਹੈ ਸਾਰੇ ਹਿੰਦੁਸਤਾਨ ਦੀ। ਉੱਥੋਂ ਸਿੱਧ ਹੁੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ, ਇੰਦਰਾ ਦੀਆਂ ਚਾਪੜੀਆਂ ਦੇ ਸਿੱਖ। ਖਾਲਸਾ ਨੇ ਮੌਤ ਇਹੀ ਦੱਸਿਆ ਜੀ। 80 ਮਿੰਟ ਦੀ ਟੇਪ ਆ ਗਈ, ਬੜਾ ਇੱਕ ਖਾਣੀ ਪੁਕਣੀ ਕਹਿਲ ਹੋਇਆ ਸੀ। ਮੈਂ ਉਹਨੂੰ ਇਹ ਪੁੱਛਿਆ ਸੀ ਵੀ ਤੂੰ ਇੰਦਰਾ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਕਿਆ ਬੈਠਾ ਜੀ ਪਹਿਲਾਂ ਉਹ ਕਿਆ ਬਹਿ ਗਿਆ। ਮੈਂ ਉਹਨਾਂ ਇਹ ਕੀ ਮੈਂ ਸਿਰ ਮੈਂ ਪੁੱਛਿਆ ਤੂੰ ਇੰਦਰਾ ਦਾ ਸਿੱਖ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ। ਕਹਿੰਦਾ ਤੈਨੂੰ ਸ਼ੱਕ ਹੈ? ਮੈਂ ਮੈਨੂੰ ਤਾਂ ਸ਼ੱਕ ਨਹੀਂ ਜੀ, ਮੈਨੂੰ ਤਾਂ ਨਿਸ਼ਚ ਹੈ ਤੂੰ ਇੰਦਰਾ ਦਾ ਸਿੱਖ ਹੈ, ਤੂੰ ਦੱਸ ਕੀ ਹੈ। ਅਸੀਂ ਪੰਜ ਜਾਣੇ ਸੀ, ਸਵਰਨ ਸਿੰਘ, ਬਲਵੰਤ ਸਿੰਘ ਲੱਡੂ ਲੱਡੂ ਸਾਹਿਬ ਕਹਿ ਜਾਣੀ ਸੀ ਖਜ਼ਾਨਾ ਮੰਤਰੀ, ਅਤੇ ਹੁੰਦਲ ਅਤੇ ਭਾਨ ਸਿੰਘ ਦੋ ਪੰਜੇ ਸੀ ਅਸੀਂ। ਮੈਨੂੰ ਕਹਿਣ ਕਹਿੰਦੇ ਮੈਂ ਗੁਰੂ ਕਾ ਸਿੱਖ ਹਾਂ, ਜਦ ਮੈਂ ਤੈਨੂੰ ਕਹੀ ਜਾਣਾ ਤੂੰ ਇੰਦਰਾ ਦਾ ਸਿੱਖ ਹੈ, ਤੂੰ ਗੁਰੂ ਕਾ ਸਿੱਖ ਵੀ। ਉਹਨਾਂ ਮੈਂ ਅੱਗੇ ਸੁਣਿਆ ਸੀ ਤੁਸੀਂ ਕਰੜੇ ਬਹੁਤ, ਅੱਜ ਵੇਖ ਲਿਆ ਮੈਂ, ਚੱਲ ਚੰਗਾ। ਪਰ ਮੈਂ ਕਿਹਾ ਇੰਨਾ ਦੱਸ ਵੀ ਤੁਸੀਂ ਸੱਚ ਨੂੰ ਕਰੜਾ ਮੰਨਦੇ ਕਿ ਝੂਠ ਨੂੰ? ਜੇ ਸੱਚ ਨੂੰ ਕਰੜਾ ਮੰਨਦੇ ਪੂਰਾ ਸਪਸ਼ਟ ਹੈ, ਜੇ ਝੂਠ ਨੂੰ ਮੰਨਦੇ ਝੂਠ ਸਿੱਧ ਕਰਕੇ ਨਾ ਦੱਸੋ। ਫਿਰ ਆਹ ਮਿਸਾਲ ਦਿੱਤੀ ਸੀ, ਮੈਂ ਤੂੰ ਲਾਲੇ ਦੀ ਨਿਖੇਧੀ ਕੀਤੀ ਕਿ ਨਾ ਕੀਤੀ ਹੈ? ਮੈਂ ਗੁਰੂ ਗ੍ਰੰਥ ਸਾਹਿਬ ਦੇ ਸੜ ਜਾਣ ਦੀ ਨਿਖੇਧੀ ਕੀਤੀ ਆ? ਕਹਿੰਦਾ ਨਹੀਂ। ਅਤੇ ਮੈਂ ਫਿਰ ਕਿਉਂ? ਕਹਿੰਦਾ ਜੀ ਉਹਨੇ ਇੱਥੇ ਚਾਤਰਤਾ ਵਰਤੀ, ਕਹਿੰਦਾ ਇਹ ਅਣਗਹਿਲੀ ਹੈ, ਉਹ ਪੜ੍ਹਿਆ ਲਿਖਿਆ ਵਾਹਵਾ ਨਾ, ਕਹਿੰਦਾ ਅਣਗਹਿਲੀ ਹੈ। ਮੈਂ ਆਪਾਂ ਹੁਣ ਕੱਢ ਲੈਂਦੇ ਹਾਂ, ਕਹਿੰਦਾ ਅਣਗਹਿਲੀ ਹੈ, ਗਲਤੀ ਨਹੀਂ, ਮੈਂ ਹੁਣ ਦੂਰ ਕਰ ਲਾ, ਕਹਿੰਦਾ ਦੱਸੋ। ਮੈਂ ਕਿਹਾ ਬੈਠੇ ਪ੍ਰੈਸ ਵਾਲੇ ਬਾਹਰ ਅਤੇ ਉਹਨਾਂ ਨੂੰ ਸੱਦ ਲਿਆ ਇੱਥੇ ਅਤੇ ਬਿਆਨ ਦੇ ਦੇ ਵੀ ਮੈਥੋਂ ਅੱਗੇ ਅਣਗਹਿਲੀ ਹੋ ਗਈ ਹੈ ਅਤੇ ਮੈਂ ਆਪਣੇ ਇਸ ਦਾ ਹੱਕ ਲਵਾਂਗਾ। ਕਹਿੰਦਾ ਜੀ ਮਜਬੂਰੀ ਹੈ। ਮੈਂ ਕਹਿ ਇੰਦਰਾ ਦਾ ਸਿੱਖ ਐਵੇਂ ਨਹੀਂ ਜਾ ਕੇ ਉਹਨੇ ਬਾਹਰ ਸੱਚ ਲਿਖ ਦਿੱਤਾ ਸਾਰਾ ਕੁਝ। ਅਣਗਹਿਲੀ ਤੋਂ ਦੂਰ ਕਰ ਲਓ, ਕਿਹੜਾ ਜ਼ੋਰ ਲੱਗਣਾ। ਅਕਾਲੀ ਦਲ ਹਮੇਸ਼ਾ ਮੰਗ ਕਰਦਾ ਰਾਸ਼ਟਰਪਤੀ ਸਿੱਖ ਬਣਾਓ, ਸਿੱਖਾਂ ਨੂੰ ਵਜ਼ੀਰੀਆਂ ਦਿਓ, ਰਾਜ ਭਾਗ ਵਿੱਚ ਹਿੱਸਾ ਦਿਓ, ਸਭ ਤਾਂ ਅਸੀਂ ਹਿੱਸਾ ਮੰਗਦੇ ਹਾਂ। ਕੀ ਸਰਕਾਰ ਵਿੱਚ ਕੋਈ ਸਿੱਖਾਂ ਨੂੰ ਉੱਚ ਪਦਵੀਆਂ ਦੇਣ ਨਾਲ ਸਿੱਖ ਕੌਮ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ? ਕੀ ਇਸ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਹੁੰਦਾ? ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਅਤੇ ਉਸੇ ਆਸ਼ੇ ਤੇ ਚੱਲਣ ਵਾਲਾ ਹੋਵੇ ਤਾਂ ਫਿਰ ਹੋ ਸਕਦਾ ਹੈ। ਜਿਹੜਾ ਗੁਰੂ ਦਾ ਬਹਾਨਾ ਬਣਾ ਕੇ ਅਤੇ ਕੁਰਸੀ ਦਾ ਮਾਲਕ ਬਣ ਕੇ ਅਤੇ ਮੁੜ ਕੇ ਜਨਾਨੀਆਂ ਚਪਲਾ ਝਾੜਨ ਦਾ ਸ਼ੌਕੀਨ ਹੋ ਜਾਵੇ, ਉਹਦੇ ਤੋਂ ਕੋਈ ਲਾਭ ਨਹੀਂ ਸੀ। ਦੂਜੀ ਇਤਿਹਾਸਕ ਮਿਸਾਲ ਹੈ, ਜੇ ਜਹਾਂਗੀਰ ਦੇ ਟਾਈਮ ਵਿੱਚ ਗਿਆਨੀ ਜੈਲ ਸਿੰਘ ਨਾਲੋਂ 10 ਗੁਣਾ ਤਾਕਤ ਰੱਖਣ ਵਾਲਾ ਦੀਵਾਨ ਚੰਦ ਚੰਦੂ ਉਹਦੇ ਟਾਈਮ ਵਿੱਚ ਕਿੰਨੇ ਕਿੰਨੇ ਹਜ਼ਾਰ ਗਈਆਂ ਹਿੰਦੂਆਂ ਦੀਆਂ ਛੜਾ ਕੇ ਪੱਗ ਵਾਲੇ ਲਿਆਏ ਨਾ। ਫਿਰ ਹਿੰਦੂ ਕਿਉਂ ਪਿੱਟੀ ਜਾਂਦੇ ਆ ਕਿ ਮੁਸਲਮਾਨਾਂ ਨੇ ਸਾਡੀ ਇੱਜ਼ਤ ਲੁੱਟ ਲਈ? ਗਿਆਨੀ ਜੈਲ ਸਿੰਘ ਵਾਲੇ ਥਾਂ ਤੇ ਸੀ ਉਹ, ਹੁਣ ਛੜਾ ਲੈਣੀਆਂ ਚਾਹੀਦੀਆਂ, ਫਿਰ ਕਿਉਂ ਮੁਸਲਮਾਨਾਂ ਨੂੰ ਗਾਂ ਕੱਢਦੇ ਆ? ਜੇ ਇੱਕ ਬੰਦੇ ਨੂੰ ਦੁਨੀਆਂ ਵਿੱਚੋਂ ਖਰੀਦ ਕੇ ਪਦਵੀ ਦੇ ਕੇ ਬਾਕੀ ਰਹਿੰਦੇ ਇੱਜ਼ਤ ਲੁੱਟੀ ਜਾਣੀ ਬਹਾਨਾ ਬਣਾ ਕੇ,
ਉਹਦੇ ਨਾਲ ਕੌਮ ਤਾਂ ਸੰਤੁਸ਼ਟ ਨਹੀਂ ਹੋ ਸਕਦੀ। ਤੇ ਮਿਸਾਲ ਇੱਕੋ ਦਿੱਤੀ ਹੈ, ਵੈਸੇ ਤਾਂ ਹੋਰ ਬਥੇਰੀਆਂ ਹੋਣਗੀਆਂ। ਸਿੱਖ ਇੱਕ ਵੱਖਰੀ ਕੌਮ ਹੈ, ਚਰਚ ਹੈ, ਤੁਸੀਂ ਇਸ ਬਾਰੇ ਕੀ ਕਹਿਣਾ? ਮੈਂ ਤੇ ਵਾਚ ਕੇ ਲਿਖ ਲੈ ਰਹੇ ਤੇ ਸਮਾਨ। ਸਿੱਖ ਪਹਿਲਾਂ ਕਿਹੜੇ ਪੱਖ ਤੋਂ ਦੱਸਾਂ? ਰਾਜਨੀਤੀ ਤੋਂ ਦੱਸਣਾ, ਧਰਮ ਤਾਂ ਫਿਰ ਦੱਸ ਦੂੰਗਾ, ਪਰ ਪਹਿਲਾਂ ਮੈਂ ਧਰਮ ਤੋਂ ਦੱਸਣਾ ਚਾਹੀਦਾ, ਕਿਉਂਕਿ ਮੈਂ ਧਰਮੀ ਹਾਂ। ਧਾਰਮਿਕ ਪੱਖ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਸਿੱਖ ਵੱਖਰੀ ਕੌਮ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਂ ਸੋ ਆਪਣਾ ਪੰਥ ਨਿਰਾਲਾ। ਮਾਰਿਆ ਸਿੱਕਾ ਜਗਤ ਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਕੀਤੋ ਆਪਣਾ ਪੰਥ ਨਿਰੋਲਾ। ਹੋ ਗਿਆ, ਦਸਵੇਂ ਪਾਤਸ਼ਾਹ ਤੋਂ ਲਿਖ ਲਓ। ਜਬਲਾ ਖਾਲਸਾ ਰਹਿ ਨਿਆਰਾ, ਤਬਲਾ ਤੇਜ ਦਿਓ ਮੈਂ ਸਾਰਾ। ਜਾਵੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਕ। ਫਰਬਲੂਗਨ ਸਿੰਘ ਇਤਨੇ ਹੈ ਨੇ। ਇਸ ਵਾਸਤੇ ਸਿੱਖ ਵੱਖਰੀ ਕੌਮ, ਬਾਕੀ ਸਿੱਖ ਮੁੱਢ ਹੈ, ਬਾਕੀ ਟਹਿਣੇ ਟਹਿਣੀਆਂ ਪਤਰਿਆਦਿਕ। 33 ਕਰੋੜ ਦੇਵਤਾ, 9 ਕਰੋੜ ਦੇਵੀ, 1.25 ਲੱਖ ਪੈਗੰਬਰ, 64 ਜੋਗਣੀਆਂ, 52 ਬੀਰ, 84 ਸਿੱਧ, 6 ਜਤੀ, 9 ਨਾਥ, 10 ਗੁਰੂ। ਇੱਕ ਵੀ ਬਿਨਾਂ ਕੇਸਾਂ ਤੋਂ ਨਹੀਂ। ਅਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਦੌੜਾ। ਕੇਸ ਦੌੜਾ ਪੱਗ ਹੋਵੇ ਸਰਦਾਰ ਕਹਿਣਗੇ, ਟੋਪੀ ਧੋਤੀ ਜਨੇਊ ਤੇ ਤਿਲਕ ਹੋਵੇ ਹਿੰਦੂ ਕਹਿਣਗੇ, ਸੁੰਨਤ ਕੀਤੀ ਹੋਵੇ ਬਾਂਗਾਂ ਦੇ ਨਾਲ ਤੇ ਮੁਸਲਮਾਨ ਕਹਿਣਗੇ। ਦੁਨੀਆਂ ਵਿੱਚ ਬਿਨਾਂ ਸਿੱਖ ਤੋਂ ਮੈਨੂੰ ਜਨਮ ਲੈਂਦਾ ਵਿਖਾ ਦਿਓ ਕੋਈ। ਜਨਮ ਸਿੱਖ ਲੈਂਦਾ, ਮੁੜ ਕੇ ਮੁੰਨ ਕੇ ਬਣਾਈ ਦੇ ਹੈ। ਕੈਂਚੀ ਨਾਲ ਕੇਸ ਨਾ ਕੱਟੋ, ਬੋਦੀ ਨਾ ਬਣਾਓ ਤੇ ਸਿੱਖ। ਕੈਂਚੀ ਨਾਲ ਸੁੰਨਤ ਨਾ ਕਰੋ, ਲਵਾ ਨਾ ਕੱਟੋ ਤੇ ਤਾਂ ਵੀ ਸਿੱਖ। ਜਿਹੜੀ ਨਿਰਵੈਰ ਸ਼ਕਤੀ ਜਿਹਨੂੰ ਅੱਲਾਹ, ਖੁਦਾ, ਅਕਾਲ, ਵਾਹਿਗੁਰੂ, ਮਿਹਰਬਾਨ, ਕਰੀਮ, ਰਹੀਮ ਇਹ ਅੱਖਰ ਵਰਤੀਦੇ, ਰਾਮ ਕ੍ਰਿਸ਼ਨ ਵਰਤੀਦੇ, ਉਹ ਨਿਰਵੈਰ ਸ਼ਕਤੀ ਇੱਕ ਹੈ ਨਾ। ਇੱਕ ਨਿਰਵੈਰ ਸ਼ਕਤੀ ਨੇ ਕੁੱਲ ਨੂੰ ਸਿੱਖੀ ਸਰੂਪ ਵਿੱਚ ਪ੍ਰਗਟ ਕੀਤਾ। ਤੇ ਸਿੱਖ ਵੱਖਰੀ ਕੌਮ ਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਆ। ਤੇ ਹੁਣ ਤਾਂ ਕੰਨ ਜਿਹਾ ਥੋੜ੍ਹਾ ਜਿਹਾ ਲਾਉਂਦਾ, ਗੱਲ ਕਿਤੇ ਬੈਠ ਕੇ ਸਵਾਲ ਕੀਤੇ ਉਹਨਾਂ ਨੇ, ਫਿਰ ਪਤਾ ਲੱਗਣਾ ਦੀ ਕੀਮਤ ਕੀ ਆ। ਵੱਡੇ ਤੋਂ ਵੱਡੇ ਫਿਲਾਸਫਰ ਕੋਲ ਕਹਿ ਰਹੇ ਜਿਹੜਾ ਮੁੰਡਾ ਤਾਂ ਉਹਨਾਂ ਨੇ ਰੱਖਦਾ ਕੀ ਕਹੀਦਾ। ਕੋਈ ਨਾ ਕੋਈ ਕਿਸੇ ਦੇਵਤੇ ਗੁਰੂ ਪੀਰ ਦਾ ਤਾਂ ਹੈ ਨਾ, ਚਾਹੇ ਕਿਸੇ ਸੁਭਾਅ ਦਾ। ਕੋਈ ਐਸਾ ਦੇਵਤਾ ਪੀਰ ਨਹੀਂ ਗਾ ਜਿਹਦੇ ਕੇਸ ਕੱਟੇ ਦਾੜੀ ਮੁੰਨੀ ਹੈ। ਜਿਹੜਾ ਉਹਦੇ ਪਿਓ ਨੂੰ ਨਹੀਂ ਮੰਨਦਾ, ਦੂਜਿਆਂ ਨੇ ਕੀ ਸਵਾਰ ਦੂ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ, ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ। ਇਹ ਲਿਖਣ ਵਾਲੀਆਂ ਗੱਲਾਂ ਹੁਣ ਤੇਰੇ ਯਾਦ ਨਹੀਂ ਰਹਿਣੀਆਂ ਮੁੜ ਕੇ। ਇਸ਼ਟ ਕਰਕੇ ਗੀਤਾ ਦੇ 18 ਤਿਆਗ, ਕੁਰਾਨ ਦੇ 30 ਸਪਾਰੇ ਹੈ। 30 ਸਪਾਰਿਆਂ ਵਿੱਚ ਹਿੰਦੂ ਨੂੰ ਥਾਂ ਨਹੀਂ ਤੇ 18 ਤਿਆਗ ਵਿੱਚ ਮੁਸਲਮਾਨ ਨੂੰ ਕੋਈ ਥਾਂ ਨਹੀਂ। ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਸਲਮਾਨ ਫਰੀਦ ਜੀ ਬੈਠੇ ਹੈ, ਜਲਾਹਾ ਕਬੀਰ ਜੀ ਬੈਠੇ ਆ, ਨਾਮਦੇਵ ਸ਼ੀਂਬਾ ਬੈਠੇ ਆ, ਜੈਦੇਵ ਬ੍ਰਾਹਮਣ ਬੈਠੇ ਹੈ, ਸਹਿਜ ਨਾਈ ਬੈਠੇ ਆ, ਧੰਨਾ ਜੱਟ ਬੈਠਾ, ਪੀਪਾ ਰਾਜਾ ਬੈਠਾ, ਤੇ ਵੇਸ ਵਾਲਾ ਪੇਸ਼ਾ ਪਿਆ ਕੇ ਗਣਕਾ ਵੀ ਬੈਠੇ ਆ, ਕਸਾਈ ਪੁਣਿਆ ਪਿਆ ਕਰਕੇ ਸਦਨਾ ਵੀ ਵਿੱਚ ਬੈਠਾ ਹੈ। ਹਾਂਜੀ, ਹਰੀਜਨ ਵਿੱਚ 12ਵੀਂ ਵਿੱਚ ਬੈਠਾ,
ਇੱਥੇ ਕਿਹੜਾ ਜੀ ਨੂੰ ਸਾਹ ਨਹੀਂ ਦਿੱਤਾ, ਇਸੇ ਵਾਸਤੇ ਕਹਿ ਕਬੀਰ ਜੇ ਦਰਾਵ ਜਾਤੋਂ ਹਟ ਕੇ ਨਾ ਹੀ ਕੋਏ, ਸੋ ਦਰ ਕੈਸੇ ਛੁੜੀਏ ਜੋ ਦਰ ਐਸਾ ਹੋਏ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ ਇਸ ਕਰਕੇ ਜੀ। ਬਾਕੀ ਜਿਤਨੀ ਰਚਨਾ ਰਚੀ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਰਮਾਇਣ ਰਾਮ ਚੰਦਰ ਦੇ 10,000 ਅਵਤਾਰ, 10,000 ਵਰਾ ਅਵਤਾਰ ਧਨ ਤੋਂ ਪਹਿਲਾਂ ਰਚੀ, ਤੇ ਪੁਰਾਣ ਮੁਹੰਮਦ ਦੇ ਪ੍ਰਲੋਕ ਗਮਨ ਤੋਂ 400 ਸਾਲ ਪਿੱਛੋਂ ਲਿਖੀ। ਇੱਕ ਚਿੱਠੀ ਤੁਸੀਂ ਲਿਖਾਉਂਦੇ ਆ ਤੇ ਸੰਤੋਖ ਲਿਖਦਾ, ਤੇ ਇੱਕ ਤੁਸੀਂ ਬੋਲ ਕੇ ਚਲੇ ਜਾਣੇ ਤੇ ਮੈਂ ਪਿੱਛੋਂ ਲਿਖਦਾ, ਤੇ ਇੱਕ ਤੁਸੀਂ ਦਿੱਲੀਓਂ ਆਏ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਨਾਂ ਤੇ ਲਿਖੀ ਗਈ ਹੈ, ਸਹੀ ਚਿੱਠੀ ਕਿਹੜੀ ਹੋਊਗੀ? ਜਿਹੜੀ ਤੁਸੀਂ ਹੁਣ ਲਿਖਵਾਈ ਉਹ ਕਿ ਜਿਹੜੀ ਪਿੱਛੋਂ ਤੇ ਜਾਂ ਪਹਿਲਾਂ ਸੀ? ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਦੁਨੀਆਂ ਵਿੱਚ, ਜਿਹੜੀ ਗੁਰੂ ਨੇ ਆਪ ਕੰਠੋਂ ਉਚਾਰੀ, ਆਪ ਲਿਖਵਾਈ ਤੇ ਫਿਰ ਆਪ ਸੁਣੀ ਕੋਲ ਬੈਠ ਕੇ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਦੁਨੀਆਂ ਦਾ ਚੱਕਰ ਕੱਟ ਲਓ, ਮਸੀਤ, ਗਿਰਜਾ, ਮੰਦਰ, ਕਿਸੇ ਥਾਂ ਤੇ ਤੁਹਾਨੂੰ ਲੰਗਰ ਨਹੀਂ ਮਿਲੇਗਾ। ਲੰਗਰ ਮਿਲੇਗਾ ਤੇ ਇੱਕ ਇੱਕ ਗੁਰੂ ਦੇ ਦਰਸ਼ਨ ਮਿਲੇਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹੈਂਜੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਟੋਪੀ ਨਹੀਂ ਰੱਖ ਸਕਦੀ, ਚੋਟੀ ਨਹੀਂ ਰੱਖ ਸਕਦੀ ਜੀ। ਮੁਸਲਮਾਨ ਦੇ ਘਰ ਵਾਲੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੀ ਗੀ, ਮਸੀਤ ਵਿੱਚ ਨਮਾਜ਼ ਨਹੀਂ ਪੜ੍ਹ ਸਕਦੀ, ਜੇ ਪੜ੍ਹ ਸਕਦੀ ਹੈ ਤੇ ਸਨ 'ਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ। ਤੇ ਤੁਹਾਡੇ ਕੋਲ ਦੋ ਬੱਚੇ ਪੜ੍ਹਨ ਆਉਂਦੇ ਆ, ਇੱਕ ਇੱਥੇ ਬੈਠ ਕੇ ਪੜ੍ਹਦਾ, ਇੱਕ ਨੂੰ ਕਹਿੰਦੇ ਉੱਥੇ ਨੀਚੇ ਰਹੇ ਤੇ ਸਾਡੇ ਮੱਥੇ ਨਾ ਲੱਗੀ, ਥੱਲੇ ਰਹੋ। ਮੁੰਡਾ ਇਮਤਿਹਾਨ ਵਿੱਚ ਪਾਸ ਕਿਹੜਾ ਹੋਵੇਗਾ ਜਿਹੜਾ ਤੁਹਾਡੇ ਕੋਲ ਬੈਠ ਕੇ ਪੜ੍ਹਦਾ ਹੋ ਕਿ ਜਿਹਨੂੰ ਤੁਸੀਂ ਮੱਥੇ ਨਹੀਂ ਲਿਆ? ਉਹ ਇੱਧਰ ਵੀ ਦੱਸ ਕਿਹੜਾ ਪਾਸ ਜਿਹੜਾ ਕੋਲ ਬੈਠ ਕੇ ਪੜ੍ਹਦਾ ਹੋਵੇ ਨਾ। ਤੇ ਜਿਹੜੇ ਧਰਮ ਵਿੱਚ ਇਹ ਆ ਕਿ ਜਨਾਨੀ ਸਾਡੇ ਮੱਥੇ ਨਹੀਂ ਲੱਗ ਸਕਦੀ, ਮੇਰੀ ਪੂਜਾ ਨਹੀਂ ਕਰ ਸਕਦੀ, ਉਹਨੂੰ ਤੇ ਹੱਥ ਨੂੰ ਕੌਣ ਭੇਜੂ? ਮਰਦ ਤਾਂ ਪੁੱਜ ਗਿਆ। ਇੱਕ ਉੱਤ ਗੁਰੂ ਕਾ ਦਾਰਾ ਜੀ ਵਿੱਚ ਲਿਖਿਆ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਗੁਰਬਾਣੀ ਦੀ ਪੰਕਤੀ ਹੈ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਸਾਂਝਾ ਖਜ਼ਾਨਾ ਦਿੱਤਾ, ਜੇ ਅੰਮ੍ਰਿਤ ਪੀਣਾ ਤੇ ਜਿੱਥੇ ਅੰਮ੍ਰਿਤ ਪਿਆਉਣ ਲੱਗਾ ਮੈਨੂੰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਘਰ ਵਾਲੇ ਨੂੰ ਇਹ ਕਹਿਣਾ, ਉੱਥੇ ਨਹੀਂ ਕਹਿਣਾ ਬੋਲ ਵਾਹਿਗੁਰੂ ਜੀ ਕੀ ਖਾਲਸੇ ਵਾਹਿਗੁਰੂ ਜੀ ਕੀ ਫਤਿਹ, ਇਹ ਹੈ ਨਹੀਂ ਉੱਥੇ, ਫਤਿਹ ਹੀ ਆ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਹ ਤਾਂ ਧਾਰਮਿਕ ਪੱਖ ਤੋਂ ਸੂਖ ਮੈਂ ਤੁਹਾਨੂੰ ਦੱਸਿਆ, ਰਾਜਨੀਤੀ ਪੱਖ ਤੋਂ 1947 10 ਅਕਤੂਬਰ ਨੂੰ ਪਟੇਲ ਦੀ ਸਪੀਚ ਹੈ, ਉਹਨੇ ਕਿਹਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਭਾਵੇਂ ਬਹੁਤ ਨੀਵਾਂ ਅੱਖਰ ਹੈ, ਪਰ ਜੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਅੱਗੇ ਲਿਖਿਆ ਹੈ, ਮੰਨੇ ਤਾਂ ਹੈ ਨਾ, ਚਲੋ ਜਰਾਇਮ ਪੇਸ਼ਾ ਮੰਨੇ ਹੈ, ਤੇ ਜੇ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਮੰਨੋ ਵੱਖਰੀ ਕੌਮ ਹੈ, ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ ਤੇ ਵੱਖਰੇ ਨਹੀਂ, ਤੇ ਲਿਖੋ ਹਿੰਦੂ ਜਰਾਇਮ ਪੇਸ਼ਾ ਕੌਮ ਹੈ। ਜਾਂ ਤਾਂ ਹਿੰਦੂ ਜਰਾਇਮ ਪੇਸ਼ਾ ਕੌਮ ਲਿਖੋ ਜੇ ਹਿੰਦੂਆਂ ਦਾ ਇੱਕ ਅੰਗ ਸਿੱਖ, ਤੇ ਜੇ ਅੰਗ ਨਹੀਂ ਤੇ ਵੱਖਰੇ ਆ, ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਲਿਖੋ ਵੱਖਰੇ ਹੈ। ਹਰ ਅਖਬਾਰ ਇਸ਼ਤਿਹਾਰ ਵਿੱਚ ਆਉਂਦਾ ਸਿੱਖ ਅੱਤਵਾਦੀ, ਕਦੇ ਲਿਖਿਆ ਪੜ੍ਹਿਆ ਹਿੰਦੂ ਅੱਤਵਾਦੀ? ਸਾਰੀ ਦੁਨੀਆਂ ਦੇ ਅਖਬਾਰ 'ਚ ਲਿਖਾਓ। ਤੇ ਜੇ ਹਿੰਦੂ ਸਿੱਖ ਅੱਤਵਾਦੀ ਹੈ, ਜੇ ਸਿੱਖ ਅੱਤਵਾਦੀ ਹੈ ਤੇ ਲਿਖੋ ਸਿੱਖ ਵੱਖਰੀ ਕੌਮ ਹੈ, ਤੇ ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ ਤੇ ਲਿਖੋ ਹਿੰਦੂ ਅੱਤਵਾਦੀ ਹੈ। ਹੈਂਜੀ, ਤੈਨ ਦੁਲਕਰ ਲਿਖਣ ਵਾਲਾ, ਤੈਨ ਦੁਲਕਰ 20 ਭਾਗਾਂ ਵਿੱਚ ਅੰਗਰੇਜ਼ੀ ਦੀ ਕਿਤਾਬ ਛਾਪੀ ਹੈ, ਉਹਦੇ 7ਵੇਂ ਭਾਗ ਵਿੱਚ 374 ਅੰਗ ਤੇ ਮਹਾਤਮਾ ਗਾਂਧੀ ਦਾ ਬਿਆਨ ਪੜ੍ਹ ਲਿਓ, ਜਿਹਨੇ ਲਿਖਿਆ ਕਿ ਹਮ ਹਿੰਦੁਸਤਾਨ ਮੇਂ
तीन कौमों को मानता देते हूँ, हिंदू मुसलम और सिख। इन्होंने लिखा तो ट्रगल शायद वह ना किताब है इंडियन ट्रगल वजदी और ट्रगल समझिए ना विसर गया ट्रगल वो 309 अंग से सुभाष चंद्र बोस की लिखी है। वो लिखा गया महात्मा गांधी बारे भी तो होर लीडर बारे भी सिख एक कौम है हिंदुस्तान है नी, इस वास्ते सिख वक्री कौम है। अंग्रेजा के टाइम सिख सिख न वोट पाँगा सी, हिंदू हिंदू पाँगा सी, मुसलमान मुसलमान न पाँगा सी, इस वास्ते सिख वक्री कौम है। तिरंगा झंडा तिना कौम की थ्योरी से बनया है। तो जदों झंडा मार्च होना सी जित वेले अगे मशीन गन बीड़िया गई सी, तो उस वेले पटेल मोती लाल महात्मा गांधी इन्होंने कहा भी हम अगर मशीन गन बेड़िया झंडा मार्च करना अगे किनू लाइए, कहने जी सिख सारा तो बहादुर है बाबा खड़क सिंह जी नाल सी, वो अपने वालों से ना उस वे प्रधान जी दसदार, तो उन्होंने कह जी तुम अगे लगो, वह कहते बैठो आप एक बार साफ कर लीए भी आ जरा झंडा ये झंडे के थले रहने वास्ते आप हिंदुस्तानियों ने प्रण किया, उपर जी का रंग अगे लग जाओ, जिदा विचाले रंग विचाले लग जाए, थले रंग पिछे लग जाओ, चिट्टा रंग उमर उपर से चिट्टे बहुत पसंद करते हैं वो अगे लगो, हैदरी रंग विचाले से मुसलमान वो विचाले लगो, तो खट्टा रंग थले से उस वेले महात्मा गांधी ने तो मोती लाल ने कही कि झंडा तो कौन कर दें रंग बदल, ये हसन वाली गल नहीं अणख की गल है सिंह, हसन वाली कभी गल नहीं है बड़ी अणख की है, तो झंडे का रंग जरा केसरी से उपर किया, तो बाबा खड़क सिंह ने धौन से बोडा रखा उपर रंग पुरा के, तो सिख वक्री कौम कहने नहीं वो फिर मोती लाल से लग जाते अगे, इस वास्ते भी सिख सरदार बहादुर जी वक्री कौम है जी। बाकी दुनिया की हिस्टरी पढ़ लो, दुनिया के ऐसा मनुख तुहानू कोई नहीं मिलेगा जिहड़ा 80 साल की उम्र च सिर वड्डे तो सीस तली ते रख के तुरिया होवे ते केवल सिख तुरिया, इस वास्ते वक्री कौम है जी। ते 7 साल की उम्र च कंध च खड़ो के किसी कौम के किसी बच्चे ने अज तक किसी बहादुर ने नहीं किया कि मेरा सिर जान दो, जान दो मेरा धर्म नहीं जाना चाहिए, सिर जाए तो जाए मेरा सिख ही धर्म ने जाए है जी, ये कह सकता सिख कह सकता, खोपड़ी लवा के बाई दिन बैठ के जालम जुत्ती के अगे ला के तोड़ सकता सिख ला सकता, दुनिया के किसी कौम के किसी मनुख ने लाया तो दसो, इस वास्ते सिख वक्री कौम है। सर निश्चयवाचक सिख वक्री कौम है, इस चलो पहली तो गल है सिख तो बिना जमदा ही कोई नहीं, ये सारे गुली शली राम होनी तो मुहम्मद अली होनी सारे केदार रख रहे साढ़े को रौले कोई नहीं गा, झांबला होया सी जो हम कुछ नहीं थोड़े तीन एक दसूंगा भी गवर्नमेंट जी है ये जैसे जलील करके थले लाना चाहती है कि जिते जीव कारपोरेन की जाती है उन्होंने फड़ के मारिया जाए ढील किया जाए जख्म किया जाए दहशत बिठाई जाए वो जिन्होंने करना कर किन्ने कु सिंह शहीद होए ने लगभग की किसे बहुत सारे सिखा झूठे पुलिस मुकाबले दस के बहुत सारे
ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਕੀ ਕਿਸੇ ਨਿਰਪੱਖ ਮਿਸ਼ਨ ਅੱਗੇ ਇਹ ਝੂਠੇ ਪੁਲਿਸ ਮੁਕਾਬਲੇ ਸਾਬਤ ਕਰ ਸਕਦੇ ਹੋ? ਬਿਠਾਓ ਕਮਿਸ਼ਨ ਕਰਾਂਗੇ। ਮਿਸ਼ਨ ਨਿਰਪੱਖ ਨਿਰਪੱਖ ਹੋਵੇ ਜਾਂ ਪੱਖ ਵਾਲਾ, ਤਾਂ ਉਹਨਾਂ ਨੂੰ ਪਤਾ ਹੋਗਾ, ਅਸੀਂ ਤਾਂ ਸਬੂਤ ਦੇਣੇ ਆ। ਨਿਰਪੱਖ ਕਿਹੜਾ ਮੱਥੇ 'ਤੇ ਲਿਖਿਆ ਜੋ ਥਰਮੋਮੀਟਰ ਲਾ ਲੈਣਾ? ਇਹ ਜਗੀਰ ਨਾਲ ਹੀ ਨਿਰਪੱਖਤਾ, ਸੱਚ ਕਹਿਣ ਦੀ ਜ਼ਰੂਰਤ ਨਿਰਪੱਖ ਹੋਊਗਾ। ਅਤੇ ਜੇ ਕਸ਼ਾਮ ਦੀ ਗੰਗਾ ਰਹਿ ਕੇ ਗੰਗਾ ਰਾਮ ਅਤੇ ਜਮਨ ਰਹਿ ਕੇ ਜਮਨ ਰਾਮ, ਅਤੇ ਫਿਰ ਉੱਥੇ ਨਿਰਪੱਖਤਾ ਕਰ। ਪੰਜਾਬ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਅਤੇ ਹੋਰ ਇਹ ਕਤਲਾਂ ਬਾਰੇ ਤੁਹਾਡਾ ਕੀ ਪ੍ਰਭਾਵ ਹੈ? ਕੀ ਇਹ ਜਥੇਬੰਧਕ ਅਤੇ ਵਿਚਾਰਧਾਰਕ ਗਰੁੱਪ ਦੀ ਕਾਰਵਾਈ ਹੈ ਜਾਂ ਕੁਝ ਸਮਾਜ ਵਿਰੋਧੀ? ਕੀ ਇਹ ਜਥੇਬੰਧਕ ਅਤੇ ਵਿਚਾਰਧਾਰਕ ਕਿਸੇ ਗਰੁੱਪ ਦੀ ਕਾਰਵਾਈ ਹੈ? ਕਿਹੜੀ ਵਿਚਾਰਧਾਰਕ ਦਾ ਮਤਲਬ ਇਹ ਹੁੰਦਾ ਵੀ ਮਤਭੇਦ ਦਾ ਵਿਰੋਧ, ਵਿਚਾਰਕ ਵਿਰੋਧ ਕਰਕੇ, ਜਾਂ ਇਹਦੇ ਵਿੱਚ ਕੁਝ ਸਮਾਜ ਵਿਰੋਧੀ ਅਨਸਰਾਂ ਤੇ ਨਿੱਜੀ ਦੁਸ਼ਮਣੀਆਂ ਵੀ ਸ਼ਾਮਲ ਨੇ? ਨਿੱਜੀ ਦੁਸ਼ਮਣੀ ਕੋਈ ਸ਼ਾਮਲ ਨੇ, ਇਹ ਸਰਕਾਰ ਦੀ ਕੂਟਨੀਤੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਮੋਰਚੇ ਨੂੰ ਫੇਲ ਕਰਨ ਵਾਸਤੇ, ਤੇ ਸਰਕਾਰ ਦੇ ਸਾਸ਼ ਦੀ ਇੱਕ ਕਰੀ ਇਹ। ਜਦੋਂ ਮੋਰਚਾ ਖਤਮ ਹੋ ਗਿਆ ਤਾਂ ਕੀ ਤੁਸੀਂ ਮੁੜ ਪੁਰਾਣੀ ਪਰੰਪਰਾ ਅਨੁਸਾਰ ਹੀ ਆਪਣੀ ਪ੍ਰਚਾਰ ਮੁਹਿੰਮ ਤੇ ਗੁਰਮਤ ਦੀ ਪੜ੍ਹਾਈ ਵਿੱਚ ਲੱਗ ਜਾਓਗੇ ਜਾਂ ਸਿੱਖ ਕੌਮ ਦੀ ਮੁਖੀ ਦੇ ਰੂਪ ਵਿੱਚ ਸੇਵਾ ਨਿਭਾਉਂਦੇ ਰਹੋਗੇ? ਇਹ ਪ੍ਰਸ਼ਨ ਤਾਂ ਬਣਦਾ ਜੇ ਪਹਿਲਾਂ ਅਸੀਂ ਬੰਦ ਕਰਕੇ ਬੈਠੇ ਹੋਈਏ, ਸਾਡਾ ਤਾਂ ਹੁਣ ਵੀ ਚੱਲੀ ਜਾਂਦਾ। ਇਹ ਪ੍ਰਸ਼ਨ ਹੀ ਗਲਤ ਆ। ਬਹੁਤੇ ਲੋਕ ਅਨੁਭਵ ਕਰਦੇ ਨੇ, ਅਨੁਭਵ ਕਰਨਾ ਹੋਰ ਚੀਜ਼ ਆ। ਜਿਹੜਾ ਮੈਥੋਂ ਪੁੱਛਣਾ, ਮੇਰੀ ਰਾਏ ਆ ਵੀ ਸਾਡਾ ਕੰਮ ਹੁਣ ਵੀ ਚੱਲਦਾ, ਸਮਰ ਸੰਚਾਰ ਹੁੰਦਾ ਹੈ, ਸੰਗਰਾਂਦ ਤੇ ਮੈਂ ਇੱਥੇ ਜਾ ਕੇ ਗਿਣਤੀ ਕਰ ਲਈ ਵੀ ਕਿੰਨੇ ਨੇ ਛੱਕੇ, ਕਿੰਨੇ ਫੈਂਕ ਰਿਹਾ ਨੇ। ਬਾਕੀ ਸਾਡਾ ਕੰਮ ਜਦੋਂ ਤੱਕ ਸਵਾਸ ਆ ਨਾ, ਇਹ ਪ੍ਰਚਾਰ ਕਰਨਾ, ਕੁਰਸੇ ਸਾਹਮਣੇ ਨਹੀਂ। ਇਹ ਸਾਹਿਬ ਰਾਜ ਤੇ ਜਿਹੜੇ ਆਏ, ਮੈਨੂੰ ਪਤਾ ਉਹਨਾਂ ਨੂੰ ਪੁੱਛ ਨਹੀਂ, ਕੋਈ ਦੱਸੋ ਅੱਜ ਕੁਰਸੀਆਂ ਤੇ ਬਿਠਾਏ ਸੀ ਉਹਦੇ ਸਵੇਰੇ, ਜੇ ਸ਼੍ਰੋਮਣੀ ਕਮੇਟੀ ਆਪਣਾ ਧਰਮ ਪ੍ਰਚਾਰ ਦਾ ਕਾਰਜ ਤੁਹਾਡੇ ਜਥੇ ਦੇ ਸਪੁਰਦ ਕਰ ਦੇਵੇ ਤਾਂ ਤੁਸੀਂ ਇਹ ਸਾਰਾ ਕਾਰਜ ਸੰਭਾਲਣ ਨੂੰ ਤਿਆਰ ਹੋ? ਮੇਰਾ ਕੰਮ ਤਾਂ ਪ੍ਰਚਾਰ ਕਰਨਾ, ਕਥਾ ਕੀਰਤਨ ਦਾ, ਮੇਰਾ ਕੰਮ ਹੋਰ ਕੋਈ ਨਹੀਂ। ਬਾਕੀ ਜੋ ਸੰਭਾਲਣਗੇ, ਜਿਹੋ ਜਿਹਾ ਸਮਾਂ ਹੋਗਾ ਉਹ ਰੋਕ ਦੇਵਾਂਗੇ ਪਹਿਲਾਂ ਕਿਤੇ। ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਨ ਦਾ ਬੜਾ ਚਰਚਾ ਚੱਲਿਆ, ਜੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ ਜਾਏ ਜਾਂ ਤੁਹਾਨੂੰ ਪੇਸ਼ਕਸ਼ ਕੀਤੀ ਜਾਏ ਤਾਂ ਕੀ ਤੁਸੀਂ ਉਹ ਸੇਵਾ ਨਿਭਾਉਣ ਨੂੰ ਤਿਆਰ ਹੋ? ਮੈਂ ਉਹ ਸੇਵਾ ਦੇ ਲਾਇਕ ਨਹੀਂ, ਨਿਭਾਉਣੀ ਜਿਹੜੀ ਉਹ ਗੁਰੂ ਦੇ ਵੱਸ, ਸੇਵਾ ਨਿਭਾਉਣੀ ਗੁਰੂ ਦੇ ਵੱਸ, ਮੈਂ ਆਪਣੇ ਆਪ ਨੂੰ ਸੇਵਾ ਦੇ ਲਾਇਕ ਨਹੀਂ ਸਮਝਦਾ। ਚੁਣਨਾ ਸੰਗਤ ਪ੍ਰਵਾਸ, ਪਰ ਇੱਕ ਮੈਂ ਵੀ ਪੁੱਛਣਾ ਇੱਥੇ ਬੋਲਦੇ ਨੇ।
ਹੁਣ ਤੂੰ ਇੰਨੇ ਸਾਲ ਪੁੱਛਿਆ ਕਿ ਨਿੱਕਾ ਜਿਹਾ ਮੈਨੂੰ ਪੁੱਛਣਾ ਨਹੀਂ ਨਹੀਂ ਇਹਦੇ ਵਿੱਚ ਨਾਲ ਰਲਦਾ ਨੀ ਕਰਦੀ ਕਰਦੀ ਹੈ ਕਿ ਜਿਹੜੀ ਪਹਿਲੀ ਚੋਣ ਜਿੱਥੇ ਦੀ ਹੋਈ ਹੈ ਉਹ ਸੰਵਿਧਾਨ ਮੁਤਾਬਕ ਹੋਈ ਹੈ ਪੱਤਰਕਾਰ ਹੁਣ ਸੰਵਿਧਾਨ ਇਹ ਆ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਦੇ ਬਹਿਰੋ ਗੁਰਮੁਖ ਇੱਥੇ ਬਹਿ ਜਾ ਬਹਿ ਜਾਣ ਤੋਂ ਬਜ਼ੁਰਗ ਥੋੜਾ ਪਿੱਛੇ ਜਦੋਂ ਜਥੇਦਾਰ ਦੀ ਚੋਣ ਕਰਨੀ ਹੋਵੇ ਜੋ ਮੈਂ ਸੁਣਿਆ ਪੜਿਆ ਨਹੀਂ ਸੁਣਿਆ ਜਥੇਦਾਰ ਦੀ ਚੋਣ ਦਾ ਸਾਧਨ ਇਹ ਹੈ ਪੰਜਾਂ ਤਖ਼ਤਾਂ ਦੇ ਜਥੇਦਾਰ ਭਾਵ ਜਿਹੜਾ ਚੋਣਾਂ ਉਹਨਾਂ ਨੂੰ ਛੱਡ ਕੇ ਚਾਰ ਰਹਿ ਜਾਂਦੇ ਬਾਕੀ ਚੋਣ ਦਸ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਭਾ ਸੁਸਾਇਟੀਆਂ ਸਿੱਖ ਸਭਾਵਾਂ ਇਹਨਾਂ ਨੂੰ ਚਿੱਠੀ ਪਾ ਕੇ ਸੂਚਿਤ ਕੀਤਾ ਜਾਂਦਾ ਅਤੇ ਸੰਗਤ ਦੀ ਇਕੱਤਰਤਾ ਕਰਕੇ ਰਾਏ ਲਈ ਜਾਂਦੀ ਹੈ ਉਹ ਰਾਏ ਲੈ ਕੇ ਅਤੇ ਫਿਰ ਉਹ ਵਰਕਿੰਗ ਕਮੇਟੀ 'ਚ ਮਤਾ ਹੁੰਦਾ ਫਿਰ ਅਜਟ ਉਹਦੇ ਵਿੱਚ ਆਉਂਦਾ ਉੱਥੋਂ ਪਾਸ ਕਰਕੇ ਅਤੇ ਫਿਰ ਉਹ ਜਕਾਰਾ ਛੱਡਿਆ ਜਾਂਦਾ ਹਾਂਜੀ ਸਾਲਾਂ ਤੋਂ ਤਿੰਨ ਨੇ ਮੈਨੂੰ ਪਤਾ ਮੈਂ ਤਾਂ ਇਹਨਾਂ ਨੂੰ ਕਿਹਾ ਮੈਨੂੰ ਥੋੜ੍ਹੀ ਜਾਣਕਾਰੀ ਹੈ ਸਾਡੇ ਕੋਲ ਬਹੁਤ ਪੁਰਾਣੇ ਬੈਠੇ ਆ ਇਦੋਂ ਵੀ ਪੁਰਾਣੇ ਹੈਗੇ ਬਾਬਾ ਖੜਕ ਸਿੰਘ ਵੇਲੇ ਦਾ ਇੱਕ ਬਜ਼ੁਰਗ ਹੈਗਾ ਉਹਨੇ ਇੱਕ ਪ੍ਰਸ਼ਨ ਵੀ ਕੀਤਾ ਕਿ ਕਿਸੇ ਕੋਲ ਜਵਾਬ ਨਹੀਂ ਗਾ ਪਰ ਲੱਤਾਂ ਜਿਹੀਆਂ ਰਹਿ ਜਾਂਦੇ ਜਵਾਬ ਕਿਸੇ ਕੋਲ ਨਹੀਂ ਹੁਣ ਇਹ ਜਿਹੜੀ ਚੋਣ ਹੋਈ ਹੈ ਅਜਗਤ ਦੇ 15 ਮੈਂਬਰ ਹੈ 6 ਹਾਜ਼ਰ ਸੀ 9 ਗੈਰ ਹਾਜ਼ਰ ਭੀਮ ਸਿੰਘ ਦੇ ਅਧਾਰ ਨੂੰ ਜਾ ਕੇ ਪੁੱਛੀ ਤਾਂ ਸੰਤਾਂ ਨੇ ਵੀ ਕੀ ਇਸ ਸਧਾਰਨ ਮੁਤਾਬਕ ਕੋਈ ਹੈ ਨਾ ਡਰ ਸਲੋਨ ਸੀ ਮੈਨੂੰ ਤਾਂ ਜਦੋਂ ਘੁੰਮਣਾ ਕਰੋ ਵੇਖੀ ਜਾਓ ਸੋਚਾਂਗੇ ਜਾਣਾ ਨਹੀਂ ਤੁਹਾਨੂੰ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਭਾਰਤ ਸਰਕਾਰ ਸਮਝੌਤੇ ਦੀ ਗੱਲਬਾਤ ਲਈ ਦਿੱਲੀ ਬੁਲਾਏ ਤਾਂ ਜਾਣ ਨੂੰ ਤਿਆਰ ਹੋ ਸਕਦੇ ਹੋ ਜੇ ਤੁਹਾਡੇ ਨਾਲ ਗੱਲਬਾਤ ਰਾਹੀਂ ਸਿੱਖਾਂ ਦਾ ਮਸਲਾ ਹੱਲ ਹੋ ਸਕਦਾ ਹੋਵੇ ਤਾਂ ਤੁਸੀਂ ਸਹਿਯੋਗ ਦਿਓਗੇ ਜੇ ਗੱਲਬਾਤ ਰਾਹੀਂ ਮੇਰੇ ਦੁਆਰਾ ਮਸਲਾ ਹੱਲ ਹੋ ਸਕਦਾ ਹੋਵੇ ਮੈਂ ਪੂਰਾ ਪੂਰਾ ਸਹਿਯੋਗ ਦੇਊਂਗਾ ਪਰ ਦਿੱਲੀ ਜਾ ਕੇ ਨਹੀਂ ਇਸ਼ਨਾਨ ਤੋਂ ਵਾਚ ਰਹਿ ਗਏ ਜੀ ਨਹੀਂ ਆਉਣਾ ਇੱਥੇ ਆ ਜੀ ਮੈਂ ਤਾਂ ਜਾਣਾ ਨਹੀਂ ਕਿਉਂਕਿ ਜੇ ਸਾਡੇ ਲੀਡਰਾਂ ਦੇ 13 ਵੇਰਾਂ ਜਾਣ ਤੋਂ ਵੀ ਉਹਨਾਂ ਨੂੰ ਯਕੀਨ ਨਹੀਂ ਮੇਰੇ ਜਾਣ ਤੋਂ ਯਕੀਨ ਕਿਵੇਂ ਆਜੂ ਨਾ ਮੈਂ ਜਾਣਾ ਭਾਵੇਂ ਯਕੀਨ ਕਰ ਹੀ ਲੈ ਇੱਥੇ ਆ ਜੇ ਜੇ ਸ਼ੇਖ ਅਬਦੁੱਲੇ ਕੋਲ 2 ਵਾਰਾਂ ਜਾਵੜ ਦੱਸ ਸਕਦੇ ਤਾਂ ਇੱਥੇ ਮਹਿੰਗੀ ਲੱਗੀ ਆ ਉਹਦਾ ਬਿਮਾਰ ਦਾ ਪਤਾ ਰਹਿਣ ਗਈ ਕਿ ਨਹੀਂ 2 ਵਾਰਾਂ ਆਹੋ ਤੇ ਜੇ ਤੁਹਾਡੇ ਹੁਣ ਦਿੱਲੀ ਵਾਲੇ ਕਣਕ ਹੋਵੇ ਤਾਂ ਭੇਜੋ ਨਾ ਮੈਂ ਇੱਥੇ ਸਿੱਖ ਲੀਡਰਸ਼ਿਪ ਦੇ ਵਰਤਮਾਨ ਏਕੇ ਤੋਂ ਸੰਤੁਸ਼ਟ ਹੋ ਇਸ ਏਕਤਾ ਵਿੱਚ ਹੋਰ ਵਾਧੇ ਲਈ ਤੁਹਾਡੇ ਪਾਸ ਕੀ ਸੁਝਾਅ ਨੇ ਸਰਕਾਰੀ ਸਾਖੀਆਂ ਸੁਣਾਉਣੀਆਂ ਤੇ ਹਜ਼ਾਰੀਆਂ ਜੇ ਨਾ ਆਖੇ ਲੱਗਣ ਤੋਂ ਸੰਗਤ ਦਾ ਇਕੱਠ ਕਰਕੇ ਸੰਗਤ ਵਿੱਚ ਸਾਰਿਆਂ ਦੀਆਂ ਗੱਲਾਂ ਦੱਸਣੀਆਂ ਵੀ ਆਹ ਕਰਦਾ ਆਹ ਕਰਦਾ
ਤੇ ਦ੍ਰਿੜਤਾ ਸਹਿਤ ਗੱਲ ਕਹਿ ਦੇਣੀ। ਪਹਿਲਾ ਪ੍ਰਸ਼ਨ ਦਾ ਪੋਸਚਨ ਇਹ ਹੈ ਕਿ ਕੀ ਤੁਸੀਂ ਏਕਤਾ ਤੋਂ ਸੰਤੁਸ਼ਟ ਹੋ? ਉਹ ਮੋਰਚੇ ਤੱਕ ਤਾਂ ਹਾਂ ਹੀ ਨਾ, ਨਾ ਫਿਰ ਵੇਖ ਲਿਓ ਕਿਉਂ ਬਾਈ? ਜਦੋਂ ਤੱਕ ਹੈਗੀ ਆ ਉਦੋਂ ਤੱਕ ਤਾਂ ਸੰਤੁਸ਼ਟੀ ਹੈ। ਇਹ ਤਾਂ ਚੁੱਪ ਹੋ ਜਾਂਦਾ, ਇਹਨੇ ਬਾਹਰ ਲਿਆਉਣ ਦੇ ਟੇਪ ਰੱਖੀ ਹੁੰਦੀ ਨਾਲ ਦੀ ਨਾਲ ਘੁੰਮ ਜਾਂਦਾ ਕੰਮ। ਹਾਂਜੀ ਹੁਣ ਮੈਂ ਪੁੱਛਣ ਜਾਣ ਲੱਗੀ, ਕੀ ਤੁਸੀਂ ਸਿੱਖਾਂ ਦੀਆਂ ਮੰਗਾਂ ਤੋਂ ਪੂਰੀਆਂ ਕਰਾਉਣ ਵਾਸਤੇ ਹਾਂਜੀ ਤੇ ਸਿੱਖ ਦੁਖੀ ਹਿਰਦੇ ਨੂੰ ਸ਼ਾਂਤੀ ਦਿਵਾਉਣ ਵਾਸਤੇ ਇੰਦਰਾ ਗਾਂਧੀ ਨੂੰ ਪ੍ਰੇਰਿਤ ਕੇ ਇੱਥੇ ਅੰਮ੍ਰਿਤਸਰ ਭੇਜੋਗੇ? ਕੀ ਪਹਿਲਾਂ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਉਹਨੂੰ ਉਹ ਸਾਡੀ ਪ੍ਰੇਰਨਾ ਮੰਨ ਲਏ? ਮੈਂ ਸਮਝਦਾ ਗਾਂ ਚੱਲ ਤੂੰ ਖੈਰ ਦੇ ਇੱਕ ਮਿੰਟ ਫਿਕਰ ਨਾ ਕਰ, ਮੈਂ ਸਮਝਦਾ ਤੂੰ ਕਰਵਾਏਗਾ। ਚੱਲ ਨਹੀਂ ਇਸ ਪਾਸੇ ਨੇ ਦੂਜੇ ਪਾਸੇ ਕੰਨ ਫੜਾ ਲੈਂਦੇ ਹਾਂ। ਜੇ ਤੁਹਾਡੀ ਹਿੰਮਤ ਨਹੀਂ ਕਿ ਤੁਸੀਂ ਦਿੱਲੀ ਦੀ ਜਿਤਨੀ ਸੰਗਤ ਸਿੱਖ ਹੋ ਉਹ ਸਾਰੇ ਇਕੱਠੇ ਹੋ ਕੇ ਉੱਥੇ ਦਿੱਲੀ ਗ੍ਰਿਫਤਾਰੀ ਦੇਵੋਗੇ? ਨਹੀਂ ਦਿੱਲੀ ਦੇ ਸਾਰੇ ਸਿੱਖਾਂ ਨੂੰ ਇਕੱਠੇ ਕਰ ਸਕਣਾ ਇਹ ਕੋਈ ਜਥੇਬੰਦੀ ਦਾ ਪ੍ਰਧਾਨ ਅਕਾਲੀ ਪਾਰਟੀ ਦੀ ਗੱਲ ਕਰ ਰਿਹਾ, ਇਹ ਜਥੇਬੰਦੀ ਦਾ ਕੋਈ ਪ੍ਰਧਾਨ ਕਹਿ ਸਕਦਾ, ਇੱਕ ਸਧਾਰਨ ਵਰਕਰ ਨਹੀਂ ਕਹਿ ਸਕਦਾ।